अच्छा, ब्रजमंड बीसी। मैं आया सी उथो, लंके गया सी, 2 दिन रह के एक्चुअली बना उस कमी। चलो एनीवे, अपन गल शुरू कर दें कि मैं अमरजोत सिंह बोल रहा फ्रॉम इंडिया राइट नाउ, ते मेरे नाल सुखमनजीत सिंह मेरे केस मैनेजर भी जुड़े हुए हैं, ते नाल अमन सोहटा फ्रॉम रिचमंड बीसी, एंड मजे की गल है कि जेडे इन्हां दे हस्बैंड ने उन्हां नाम भी अमरजोत है। So there are two Amarjots on the screen right now, and we wanted to discuss your case, and then we can go from there. Aman, mere khayal pehla te dasso ki tusi apne tuhanda jehda work permit bhi khatam ho reha na, cheti khatam ho reha shayad kuch hi 6 months or 7 months khatam ho reha shayad within this year. November, hanji November ch khatam ho reha. Acha acha. ਇਹ ਕਈ ਕਈ ਸਟੂਡੈਂਟਾਂ ਦਾ ਇਹ ਹੁੰਦਾ ਕਿ ਜਦ ਤੱਕ ਪੀ ਜੀ ਵਰਕ ਪਰਮਿਟ ਹੈ ਤਦ ਤੱਕ ਕੁਛ ਨਾ ਕੁਛ ਜੁਗਾੜ ਹੋ ਜਾਏ, ਬੀ ਸੀ ਪੀ ਐਨ ਪੀ ਜਾਂ ਐਕਸਪ੍ਰੈਸ ਕੁਛ ਹੋ ਜਾਏ, ਉਹਦੇ ਬਾਅਦ ਤੇ ਫਿਰ ਕੰਮ ਮੁਸ਼ਕਿਲ ਹੈ। ਤੇ ਤੁਹਾਡਾ ਕੀ ਫਿਊਚਰ ਹੈ? ਇਫ ਯੂ ਡੋਂਟ ਵਾਂਟ ਟੂ ਟੈਲ ਮੀ ਦਾ ਪਰਸਨਲ ਡੇ, ਦੈਟਸ ਫਾਈਨ, ਪਰ ਮਤਲਬ ਇਹਦੇ ਬਾਅਦ ਮਤਲਬ ਕਿ ਵਟ ਲੁਕਸ ਲਾਈਕ ਅ ਫਿਊਚਰ, ਕੀ ਕਰ ਕੀ ਸੋਚ ਰਹੇ ਹੋ ਤੁਸੀਂ? ਉਹ ਸਰ ਆਪਾਂ ਉਹਦੇ ਚ ਐਕਸਪ੍ਰੈਸ ਵਾਲੇ ਪੂਲ ਚ ਤਾਂ ਫਾਈਲ ਪਾਤੀ ਹੈ, ਜਿੱਦਾਂ ਉਹਦੇ ਚ ਦੋ ਜੌਬਸ ਦਾ ਐਕਸਪੀਰੀਅੰਸ ਹੋ ਕੇ ਆਪਣਾ ਐਕਸਪੀਰੀਅੰਸ ਹੋ ਰਿਹਾ 1 ਇਅਰ ਦਾ। ਜੀ 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 ओके सो वी आर जस्ट वेटिंग फॉर द किने किने पॉइंट्स हैं ਤੁਹਾਡੇ ਸੀਆਰਐਸ? ਸਰ 385 ਤੇ ਆ ਹਜੇ ਤੇ। ओके ओके ਹਾਂਜੀ ਹਾਂ, ਤੇ 6 ਮਹੀਨੇ ਬਾਅਦ ਖਤਮ ਹੋ ਰਿਹਾ ਵਰਕ ਪਰਮਿਟ? ਹਾਂਜੀ ਹਾਂਜੀ, ਉਹ ਐਕਸਟੈਂਸ਼ਨ ਜਿੱਦਾਂ ਜੁਲਾਈ 'ਚ ਅਪਲਾਈ ਕਰ ਦੇਣਾ, ਜਿਹੜਾ ਹੁਣ ਪਬਲਿਕ ਪਾਲਿਸੀ ਦੇ ਅੰਡਰ ਇਹਨਾਂ ਨੇ ਕੀਤਾ ਸੀ ਨਾ ਐਕਸਟੈਂਸ਼ਨ ਵਾਲਾ, ਤਾਂ ਉਹ ਜੁਲਾਈ 'ਚ ਹੋਣਾ ਹੈ ਅਪਲਾਈ, ਫਿਰ 4 ਮਹੀਨੇ ਪਹਿਲਾਂ। ਹਾਂਜੀ ਜੀ 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 ਸੋ ਇਹ ਮੇਰੇ ਖਿਆਲ ਤੁਹਾਡੇ ਹਸਬੈਂਡ ਦਾ ਵੀ ਮੇਰੇ ਖਿਆਲ 2 ਵਾਰ ਰਿਫਿਊਜ਼ ਹੋ ਗਿਆ ਪਹਿਲਾਂ, 3 ਵਾਰ, 2 ਜਾਂ 3 ਵਾਰ, 3 ਟਾਈਮਸ? 2 ਵਾਰ ਹਾਂਜੀ, 2 ਵਾਰ। ਵਰਕ ਪਰਮਿਟ ਜਾਂ ਕੋਈ ਹੋਰ ਵੀਜ਼ਾ ਵੀ, ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ? ਵਰਕ ਪਰਮਿਟ ਹੀ ਕੀਤਾ ਸੀ ਸਰ। ਓਕੇ ਓਕੇ, ਸੋ ਮੇਰੇ ਖਿਆਲ ਹੈ ਕਿ ਇਹ ਜਿਹੜਾ ਚਾਂਸ ਲਿਆ ਸੀ ਜੋ ਇਸ ਵਾਰ, ਦਿਸ ਇਜ਼ ਪ੍ਰੀਟੀ ਮੱਚ ਦਾ ਲਾਸਟ ਚਾਂਸ, ਕਿਉਂਕਿ ਇਹਦੇ ਬਾਅਦ ਫਿਰ ਤੁਹਾਡੇ ਜੇ ਅਗਰ ਪੀ ਜੀ ਵਰਕ ਪਰਮਿਟ ਹੀ ਖਤਮ ਹੋ ਗਿਆ, ਮਤਲਬ ਕਿ 6 ਮਹੀਨੇ ਜਾਂ 4 ਮਹੀਨੇ ਰਹਿ ਗਏ, ਕਿਉਂਕਿ ਪ੍ਰੋਸੈਸਿੰਗ ਟਾਈਮ ਹੀ ਇੰਨਾ ਲੇਟ ਚੱਲ ਰਿਹਾ ਅੱਜ ਕੱਲ੍ਹ। ਅੱਜ ਅਗਰ ਐਪਲੀਕੇਸ਼ਨ ਕਰਾਂਗੇ ਤੇ ਮੇ ਬੀ ਇਟ ਵਿਲ ਟੇਕ ਅਨਦਰ 4 to 5 months, ਹੂ ਨੋਸ। ਸੋ ਇਸ ਕਰਕੇ ਬੜਾ ਰਿਸਕੀ ਕੰਮ ਮਤਲਬ ਹੈ ਕਿ ਵੀ ਅਗਲਾ ਚਾਂਸ ਕਦੋਂ ਆਏਗਾ। ਇਟ ਸਾਊਂਡਸ ਲਾਈਕ ਅ ਵੈਰੀ ਵੈਰੀ ਟ੍ਰੈਜਿਕ ਯੂ ਨੋ ਟਾਈਮਿੰਗ ਇਵੈਂਟ। ਤੇ ਮੇਰੇ ਖਿਆਲ ਅਮਰਜੋਤ ਦਾ ਵੀ, ਮੈਂ ਅਮਰਜੋਤ ਕਹਿ ਰਿਹਾ, ਮੈਨੂੰ ਲੱਗਦਾ ਮੈਂ ਆਪਣੇ ਆਪ ਨਾਲ ਗੱਲ ਕਰ ਰਿਹਾ। ਅਮਰਜੋਤ ਦਾ ਵੀ ਮੇਰੇ ਖਿਆਲ ਹੈ ਕਿ ਪਹਿਲਾਂ ਤੁਹਾਡੇ ਜਿਹੜੇ ਵੀਜ਼ਾ ਰਿਫਿਊਜ਼ਲ ਹੋਏ ਉਹ ਕਿਹੜੇ ਕਾਰਨ ਕਰਕੇ ਰਿਫਿਊਜ਼ ਹੋਇਆ? ਕਿਉਂਕਿ ਲੋ ਫੰਡਸ ਹੈ, ਪੈਸੇ ਨਹੀਂ ਹੈ, ਜਾਂ ਇਨਕਮ ਨਹੀਂ ਸ਼ੋ ਹੋ ਰਹੀ ਹੈ, ਇਸ ਤਰ੍ਹਾਂ ਸੀਗਾ ਨਾ? ਕੈਨ ਯੂ ਜਸਟ ਟੈਲ ਮੀ ਕੀ ਕਿਸ ਤਰ੍ਹਾਂ ਉਹ ਸ਼ੋ, ਕਿਹੜੇ ਰੀਜ਼ਨ ਕਰਕੇ ਤੁਹਾਡਾ ਪਹਿਲਾਂ ਰਿਫਿਊਜ਼ ਹੋਇਆ? ਸਰ ਫਸਟ ਟਾਈਮ ਜਿਹੜੀ ਫਾਈਲ ਲਗਾਈ ਸੀ ਉਹ ਫਰੈਂਡ ਸੀਗੇ ਜਿੱਦਾਂ ਮੇਰੇ ਜੀ, ਤੇ ਅਸੀਂ ਖੁਦ ਹੀ ਲਗਾਈ ਸੀ ਮਿਲ ਕੇ ਦੋਨਾਂ ਨੇ, ਤਾਂ ਉਹਦੇ ਚ ਕੋਈ ਐਵੀਡੈਂਸ ਵਗੈਰਾ ਅਸੀਂ ਸ਼ੋ ਨਹੀਂ ਕੀਤੇ ਸੀਗੇ, ਨਾ ਮੈਰਿਜ ਨੂੰ ਗਰੁੱਪ ਕੀਤਾ ਸੀਗਾ ਤੇ ਨਾ ਹੀ ਇਨਕਮ ਨੂੰ ਕੀਤਾ ਸੀ ਜੀ। ਤੇ ਸੈਕੰਡ ਟਾਈਮ ਹੀ ਫਿਰ ਜਿਹੜੀ ਕੀਤੀ ਸੀ ਅਪਲਾਈ, ਤੇ ਉਹਦੇ ਚ ਸਾਰਾ ਕੁਝ ਠੀਕ ਸੀਗਾ, ਲੇਕਿਨ ਫੰਡ ਆਫ ਸਹੀ ਨਹੀਂ ਸੀਗੇ, ਸੋਰਸ ਸਹੀ ਨਹੀਂ ਸੀਗਾ। ਓਕੇ ਓਕੇ, ਸੋ ਆ ਜਿਹੜੀ ਐਪਲੀਕੇਸ਼ਨ ਹੈ, ਜਿਹੜੀ ਲੇਟੈਸਟ ਐਪਲੀਕੇਸ਼ਨ ਹੈ, ਇਹਦੇ ਵਿੱਚ ਕਿਸ ਤਰ੍ਹਾਂ ਤੁਸੀਂ ਕਿਹੜੇ-ਕਿਹੜੇ ਇਨਕਮ ਦੇ ਸੋਰਸਸ ਲਾਏ ਆ, ਤੁਸੀਂ ਕੀ ਲਾਇਆ, ਮਤਲਬ ਕਿ ਵਾਟ ਇਜ਼ ਡਿਫਰੈਂਟ ਫਰਮ ਦਾ ਫਰਸਟ ਐਪਲੀਕੇਸ਼ਨਸ ਇਸ ਐਪਲੀਕੇਸ਼ਨ ਦੇ? ਹਾਂਜੀ, ਇਹਦੇ ਤਾਂ ਸਰ ਜਿਹਦਾ ਭਾਈ ਨੇ ਦੱਸਿਆ ਸੀਗਾ ਵੀ ਤੁਸੀਂ ਸਾਰਾ ਆਪਣੇ ਨਾ ਜੋ ਤੁਹਾਡੀ ਇਨਕਮ ਆ ਪ੍ਰੋਪਰ ਮੰਥਲੀ ਉਹਨੂੰ ਸ਼ੋਅ ਕਰੋ, ਹੈ ਨਾ, ਉਹਦੇ ਅਕੋਰਡਿੰਗ ਹੀ ਤੁਹਾਡੇ ਕੋਲ ਫੰਡ ਹੋਣੇ ਚਾਹੀਦੇ ਔਰ ਉਹਦੇ ਅਕੋਰਡਿੰਗ ਹੀ ਤੁਹਾਡੀ ITR ਰਿਟਰਨ ਹੋਣੀ ਚਾਹੀਦੀ ਆ ਜੀ। ਜੀ, ਤੇ ਫਿਰ ਆਪਾਂ ਸੇਮ ਹੀ 1 ਸਾਲ ਵੇਟ ਕੀਤਾ ਇਦਾਂ ਜੀ, ਤੇ ਹਾਂਜੀ, ਤੇ ਪ੍ਰੋਪਰ ਸੀਗਾ ਇਸ ਵਾਰੀ ਤਾਂ ਇਨਕਮ ਸੋਰਸ ਸਾਰਾ ਕੁਝ ਵਧੀਆ ਸੀ। ਫੰਡਸ ਕਿੰਨੇ ਫੰਡਸ ਸ਼ੋਅ ਕੀਤੇ ਆ ਬੈਂਕ ਅਕਾਊਂਟ ਵਿੱਚ? ਸਰ ਫੰਡ 550 ਸੀਗਾ ਜੀ। 550, ਠੀਕ ਹੈ ਠੀਕ ਹੈ ਠੀਕ ਹੈ। ਐਂਡ ਹਾਊ ਮਚ ਇਜ਼ ਯੋਰ ਮੰਥਲੀ ਇਨਕਮ, ਜੋ ਤੁਸੀਂ ਮੇਰੇ ਖਿਆਲ ਜੌਬ ਤੁਸੀਂ ਕਰ ਰਹੇ ਹੋ ਨਾ, ਆਟੋ ਮੈਕੈਨਿਕ ਜਾਂ ਸਮਥਿੰਗ, ਬਟ ਕੀ ਕਰਦੇ ਹੋ? ਹਾਂ ਯੈਸ ਸਰ, ਯੈਸ ਸਰ, ਆਟੋ ਮੈਕੈਨਿਕ ਦਾ ਜੀ। ਆਟੋ ਮੈਕੈਨਿਕ, ਕਿੰਨੀ ਤਨਖਾਹ ਹੈ ਕਰੀਬ ਕਰੀ ਔਨ ਐਨ ਐਵਰੇਜ ਪਰ ਮੰਥ? 21,000 ਸਰ ਪਰ ਮੰਥ। 21,000 ਤਨਖਾਹ ਹੈ, ਠੀਕ ਹੈ, ਫਿਰ ਤਾਂ ਵਧੀਆ ਕੰਮ ਹੈ ਫਿਰ ਮੈਂ ਐਸੇ ਹੈ। ਯੂ ਆਰ ਅ ਫੁੱਲ ਆਟੋ ਮੈਕੈਨਿਕ, ਫੁੱਲ ਤੁਸੀਂ ਮਤਲਬ ਉਹ ਡਿਪਲੋਮਾ ਕੀਤਾ ਹੈ ITI ਵਾਲਾ, ਕਿੱਥੋਂ ਸਿੱਖਿਆ ਕੰਮ ਆਟੋ ਮੈਕੈਨਿਕ ਦਾ? ਯੈਸ ਸਰ, ਡਿਪਲੋਮਾ ਮੈਂ ਇਲੈਕਟ੍ਰੀਕਲ ਦਾ ਕੀਤਾ ਸੀਗਾ, ਲੇਕਿਨ ਆਪਣੇ ਜਿਹੜਾ ਘਰ ਦਾ ਕੰਮ ਆ ਸਰ ਪਹਿਲਾਂ ਤਾਂ ਉਹੀ ਆ, ਤੇ ਉਹਦੇ ਚ ਐਕਸਪੀਰੀਅੰਸ ਆ ਮੇਰਾ ਬਚਪਨ ਤੋਂ ਹੀ ਹੈਗਾ ਲਗਭਗ। ਜੀ 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 ਹਾਂਜੀ ਹਾਂਜੀ, ਤੇ ਉਹੀ ਫਿਰ ਅਸੀਂ ਕੰਟੀਨਿਊ ਕੀਤਾ ਸੀਗਾ ਅੱਗੇ। ਗੁੱਡ, ਆਟੋ ਮੈਕੈਨਿਕ ਇਜ਼ ਅ ਵੈਰੀ ਗੁੱਡ ਫੀਲ ਐਕਚੁਅਲੀ। ਆਟੋ ਮੈਕੈਨਿਕ ਦੇ ਮੇਰੇ ਕੋਲ 2-3 ਕੇਸਿਸ ਹੈ ਜਿਹੜੇ ਮੈਂ ਰੈੱਡ ਸੀਲ ਲਈ ਅਪਲਾਈ ਕਰਕੇ ਉਹਨਾਂ ਨੂੰ ਰੈੱਡ ਸੀਲ ਦੇ ਟੂਰਿਸਟ ਵੀਜ਼ਾ ਦਵਾਇਆ,
ਤੇ ਅਗਰ ਉਹ ਮਤਲਬ ਜਾ ਕੇ ਐਗਜ਼ਾਮ ਪਾਸ ਕਰਦੇ ਆ ਤੇ ਉਹ ਜਰਨੀਮੈਨ ਬਣਦੇ ਆ ਤੇ ਉਹਨਾਂ ਦੀ ਸਟਾਰਟਿੰਗ ਸੈਲਰੀ $20 ਪਰ ਆਵਰ ਤੋਂ ਸ਼ੁਰੂ ਹੁੰਦੀ ਹੈ ਦੈਟਸ ਅ ਵੈਰੀ ਗੁੱਡ ਫੀਲਡ ਆਟੋ ਮੈਕੈਨਿਕ ਇਜ਼ ਅ ਬੂਮਿੰਗ ਫੀਲਡ ਇਨ ਇਨ ਕੈਨੇਡਾ ਸੋ ਯੂ ਹੈਵ ਅ ਗੁੱਡ ਯੂ ਨੋ ਇਨ ਫਿਊਚਰ ਗੋਇੰਗ ਔਨ ਵੈਨਐਵਰ ਯੂ ਗੋ ਟੂ ਕੈਨੇਡਾ ਮੇਰੇ ਖਿਆਲ ਤੁਸੀਂ ਅਮਨ ਸਾਡੇ ਕੋਲ ਕਦੋਂ ਆਏ ਸੀ ਸਭ ਤੋਂ ਪਹਿਲੀ ਵਾਰ ਸਰ 2019 ਚ ਵੀ ਹੋਈ ਸੀ ਆਪਣੀ ਲਾਸਟ ਜੇ ਤੇ ਗੱਲ ਜਿੱਦਾਂ ਨਵੰਬਰ ਦਸੰਬਰ ਚ 2019 ਮਤਲਬ 2 ਸਾਲ ਹੋ ਗਏ ਹੈ ਕੱਲ ਕਰਵਾ ਕਰਦੇ ਗੱਲ ਤੇ ਸ਼ਾਇਦ ਮੇਰੇ ਖਿਆਲ ਤੁਸੀਂ ਪਹਿਲਾਂ ਵੀ ਸ਼ਾਇਦ ਇਹ ਵੀ ਕੁਝ ਤੁਸੀਂ ਐਕਸਪ੍ਰੈਸ ਕੀਤਾ ਸੀ ਕਿ ਵੀ ਸਾਡੀ ਫੀਸ ਜ਼ਿਆਦਾ ਹੈ ਜਾਂ ਕੋਈ ਯੂ ਨੋ ਮੇਬੀ ਇਟਸ ਟੂ ਮਚ ਫਿਰ ਤੁਸੀਂ ਮੁੜ ਕੇ ਫਿਰ ਠਹਿਰ ਕੇ ਸੋਚ ਕੇ ਫਿਰ ਆਏ ਰਿਫਿਊਜ਼ ਹੋ ਗਏ ਉਹ ਕੀ ਕਹਾਣੀ ਸੀ ਨਹੀਂ ਸਰ ਉਹ ਇਦਾਂ ਨਹੀਂ ਸੀਗਾ ਆਪਣੀ ਗੱਲ ਹੋ ਗਈ ਲੇਕਿਨ ਡਾਕੂਮੈਂਟ ਪ੍ਰਪੇਅਰ ਕਰਨ ਲਈ ਸਾਨੂੰ ਇੱਕ ਟਾਈਮ ਇੱਕ ਸਾਲ ਲੱਗ ਗਿਆ ਮੇਰਾ ਜੀ ਆਪਾਂ ਮੇਰੇ ਖਿਆਲ ਜਿਹੜੀ ਫਸਟ ਟਾਈਮ ਜਿਹੜੀ ਤੁਹਾਡੀ ਕੰਸਲਟੇਸ਼ਨ ਸੀ ਉਹ ਮੈਨੂੰ ਸ਼ੋਅ ਹੋ ਰਿਹਾ ਕਿ ਨਵੰਬਰ ਜਾਂ ਦਸੰਬਰ 2019 ਦੀ ਸੀ ਉਸ ਤੋਂ ਬਾਅਦ ਚ ਵੀ ਤੁਹਾਡੀ ਕੋਈ ਰਿਫਿਊਜ਼ਲ ਆਈ ਮੇਰੇ ਖਿਆਲ ਹਾਂ ਜੀ ਉਹ ਜਦੋਂ ਤੁਸੀਂ ਕਿਹਾ ਸੀਗਾ ਨਾ ਫਸਟ ਟਾਈਮ ਸਰ ਨੇ ਕਿਹਾ ਸੀਗਾ ਤੁਸੀਂ ਫਾਈਲ ਨਾ ਅਪਲਾਈ ਕਰੋ ਕਿ 6 ਮਹੀਨੇ ਤਾਂ ਵੈਸੇ ਅਪਲਾਈ ਨਹੀਂ ਹੋਣੀ ਹੈਗੀ ਹਾਂ ਲੇਕਿਨ ਉਹ ਦੁਬਾਰਾ ਫੇਰ ਹੀ ਜਿੱਦਾਂ ਹੋਈ ਸੀਗੀ ਆਪਣੇ ਉਹ ਵੀ ਰਿਲੇਟਿਵ ਸੀਗੇ ਜਿੱਦਾਂ ਆਹ ਗੱਲ ਸੁਣਾ ਤੁਸੀਂ ਅਪਲਾਈ ਕਰਤੀ ਸੀ ਹਾਂ ਅੱਛਾ ਵੇਟ ਅ ਸੈਕਿੰਡ ਵੇਟ ਮੈਂ ਤੁਹਾਨੂੰ ਕਿਹਾ ਸੀ ਅਪਲਾਈ ਨਾ ਕਰੋ ਤੁਸੀਂ ਕਿਸੇ ਤੋਂ ਰਿਲੇਟਿਵ ਤੋਂ ਕਰਾ ਲਈ ਉਹ ਰਿਫਿਊਜ਼ ਹੋ ਗਏ ਅਮਨਜੋਤ ਤੇ ਆਪਣੇ ਫਾਦਰ ਨੇ ਦੇਖਿਆ ਬੇਬੀ ਨੂੰ ਕਦੋਂ ਦੇਖਿਆ ਲਾਸਟ ਟਾਈਮ ਕਾਲ ਤੇ ਦੇਖਿਆ ਸਰ ਹਾਂਜੀ ਫਿਜ਼ੀਕਲੀ ਤਾਂ ਦੇਖਿਆ ਨਹੀਂ ਅੱਛਾ ਓਕੇ ਜਸਟ ਮੈਂ ਸੋ ਕਾਲ ਤੇ ਫਾਦਰ ਨੇ ਬੱਚੇ ਨੂੰ ਕਾਲ ਤੇ ਦੇਖਿਆ ਫਿਜ਼ੀਕਲੀ ਨਹੀਂ ਦੇਖਿਆ ਹਾਂਜੀ ਤੇ ਕੀ ਖਿਆਲ ਹੈ ਦੇਖਣਾ ਚਾਹੁੰਦੇ ਹੋ ਫਿਰ ਹਾਂਜੀ ਫਾਦਰ ਨਾਲ ਮੁਲਾਕਾਤ ਨਹੀਂ ਹੋਈ ਹੁਣ ਤੱਕ ਆ ਜੋ ਵੀ ਕੁਛ ਹੈ ਇਸ ਤਰ੍ਹਾਂ ਦੇ ਹੈ ਤੇ ਇਸ ਤਰ੍ਹਾਂ ਦੇ ਮੈਂ ਮੈਂ ਮਤਲਬ ਪਰਸਨਲੀ ਲੈਂਦਾ ਅਮਨ ਤੁਹਾਡੀ ਫੋਟੋ ਨਹੀਂ ਹੈ ਤੁਸੀਂ ਉਧਰ ਚਲੇ ਗਏ ਸ਼ਾਇਦ ਕੈਮਰੇ ਤੋਂ ਪਾਸ ਇਮੋਸ਼ਨ ਹੋ ਗਏ ਡੋਂਟ ਵਰੀ ਇਹ ਬਹੁਤ ਛੇਤੀ ਆ ਗਿਆ ਇਹਨਾਂ ਦਾ ਵੀਜ਼ਾ ਅਪਰੂਵ ਹੋ ਗਿਆ ਥੈਂਕ ਯੂ ਸੋ ਮਚ ਥੈਂਕ ਯੂ ਸਰ ਥੈਂਕ ਯੂ ਇੰਨਾ ਮਤਲਬ ਐਕਸਪ੍ਰੈਸ ਕਰ ਨਹੀਂ ਸਕਦੇ ਸੀ ਤੁਹਾਡਾ ਮੇਰਾ ਤੇ ਕੁਛ ਨਹੀਂ ਹੈ ਦਾਣਾ ਪਾਣੀ ਹੈ ਨਾਮ ਹੀ ਨਾ ਤਾਂ ਅਮਰਜੋਤ ਸਿੰਘ ਹੈ ਤੇ ਵੀਜ਼ਾ ਕਿੱਦਾਂ ਨਾ ਲੱਗੇਗਾ ਪਰ ਇਹ ਹੈ ਕਿ ਪਹਿਲੀ ਵਾਰ ਜੋ ਵੀ ਕੁਛ ਹੋ ਗਿਆ ਦੋ ਵਾਰ ਜੋ ਵੀ ਕੁਛ ਹੋ ਗਿਆ ਫੋਰ ਸ਼ੋਰ ਕਿ ਹੁਣ ਬੇਬੀ ਨੇ ਆਪਣੇ ਫਾਦਰ ਨੂੰ ਦੇਖਣਾ ਐਂਡ ਆਈ ਐਮ ਵੈਰੀ ਯੂ ਨੋ ਐਪਰੀਸ਼ੀਏਟਿਵ ਐਂਡ ਆਈ ਐਮ ਵੈਰੀ ਥੈਂਕਫੁਲ ਟੂ ਗੋਡ ਯੂ ਨੋ ਮੈਂ ਵਾਹਿਗੁਰੂ ਨੂੰ ਬਹੁਤ ਹੀ ਇੱਕ ਆਪਣੇ ਮਨੋਂ ਮਤਲਬ ਇੱਕ ਸ਼ੁਕਰਾਨਾ ਪੇਸ਼ ਕਰਦਾ ਕਿ ਫਾਦਰ ਨੇ ਬੱਚੇ ਨੂੰ ਦੇਖਣਾ ਹੈ ਬੱਚੇ ਨੂੰ ਫਾਦਰ ਨਾਲ ਮੇਲ ਹੋਣਾ ਹੈ ਇਸ ਤੋਂ ਜ਼ਿਆਦਾ ਮਤਲਬ ਕਿ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਇਹ ਸ਼ੁਭ ਇਵੈਂਟ ਕਿਤੇ ਹੋ ਨਹੀਂ ਸਕਦਾ ਸੋ ਉਹ ਤਾਂ ਚਲੋ ਠੀਕ ਹੈ ਸਾਡਾ ਬਿਜ਼ਨਸ ਹੈ ਅਸੀਂ ਫੀਸ ਚਾਰਜ ਕਰਨੀ ਹੈ ਯੂ ਨੋ ਵੀ ਗਾਟ ਦ ਵੀਜ਼ਾ ਵਟਐਵਰ ਪਰ ਇਹ ਤਾਂ ਨਾਲ ਹੈ ਪੁੰਨ ਵੀ ਨਾਲ ਤੇ ਫਲੀਆਂ ਵੀ ਤੇ ਮਤਲਬ ਕਿ ਅੱਜ ਆਈ ਐਮ ਪ੍ਰੀਟੀ ਪ੍ਰੀਟੀ ਥੈਂਕਫੁਲ ਟੂ ਯੂ ਕਿ ਤੁਸੀਂ ਪੇਸ਼ੈਂਸ ਕਬਾੜੀ ਲੈ ਲੋ ਕੋਈ ਸਬਜ਼ੀ ਲੈ ਲੋ ਅਮਰਜੋਤ ਮੈਨੂੰ ਬਾਰ ਬਾਰ ਬੜਾ ਚੁੱਕਿਆ ਮੈਂ ਕਹਿੰਦਾ ਅਮਰਜੋਤ ਤੁਹਾਡਾ ਵੀਜ਼ਾ ਆ ਗਿਆ ਅਮਰਜੋਤ ਤੁਹਾਡਾ ਵੀਜ਼ਾ ਆ ਚੁੱਕਿਆ
ਅਪਰੂਵਲ ਆ ਗਈ ਹੈ, ਪਾਸਪੋਰਟ ਰਿਕੁਐਸਟ ਆ ਗਈ ਹੈ, ਵੈਰੀ ਵੈਲ ਇਨ ਟਾਈਮ, ਕਿਉਂਕਿ ਇਹਨਾਂ ਦਾ ਵੀਜ਼ਾ ਪਰਮਿਟ ਜੋ ਹੈ ਖਤਮ ਹੋ ਰਿਹਾ ਹੈ ਵਿਦ ਇਨ ਸਮ ਟਾਈਮ, ਦੁਬਾਰਾ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ. ਸੋ ਬਸ ਪਾਸਪੋਰਟ ਰਿਕੁਐਸਟ ਵੀ ਆ ਗਈ ਹੈ, ਟਰੈਵਲ ਆਥੋਰਾਈਜੇਸ਼ਨ ਵੀ ਆ ਗਿਆ, ਸੋ ਦੋਨੋਂ ਆ ਗਏ. ਸੋ ਐਸ ਸੂਨ ਐਸ ਯੂ ਸਬਮਿਟ ਯੋਰ ਪਾਸਪੋਰਟ ਵੀਜ਼ਾ ਲੱਗਿਆ ਤੇ ਯੂ ਆਰ ਕਲੀਅਰ ਟੂ ਟੇਕ ਆਫ, ਯੂ ਆਰ ਕਲੀਅਰ ਟੂ, ਤੁਸੀਂ ਫਿਰ ਵੈਨਕੂਵਰ ਦੇ ਨਜ਼ਾਰੇ ਦੇਖਣਾ ਜਾ ਕੇ ਕਿਵੇਂ ਲੋਕ ਰਹਿ ਰਹੇ ਹੈ, ਕੀ ਕਰਨਾ, ਬੱਚੇ ਨੂੰ ਮਿਲਣਾ. ਆਈ ਐਮ ਗ੍ਰੇਟਲੀ ਥੈਂਕਫੁਲ ਟੂ ਦ ਹੋਲ ਸਿਸਟਮ, ਤੁਹਾਨੂੰ ਵੀ, ਤੁਸੀਂ ਪੇਸ਼ੈਂਸ ਤੇ ਇੱਕ ਭਰੋਸਾ ਨਹੀਂ ਛੱਡਿਆ. ਕਈ ਵਾਰ ਤੁਸੀਂ ਮੈਨੂੰ ਪਤਾ ਸ਼ਾਇਦ ਤੁਸੀਂ ਬਾਰ ਬਾਰ ਸ਼ਾਇਦ ਸੁਖਮਨ ਨੂੰ ਕਾਲ ਵੀ ਕਰਦੇ ਰਹੇ ਹੋ ਕਿ ਵੀ ਆਹ ਕੀ ਕਰਨਾ, ਇਸ ਤਰ੍ਹਾਂ ਕਰਨਾ, ਕਿ ਆਹ ਡਾਕੂਮੈਂਟ ਲਾਈਏ, ਫਲਾਨਾ ਕਰੀਏ. ਸੋ ਟਿਪੀਕਲੀ ਇੱਕ ਵਾਰ ਕਲਾਇੰਟ ਦੀ ਜੋ ਇੱਕ ਇਨਵੋਲਵਮੈਂਟ ਹੈ, ਜੋ ਇੱਕ ਐਪਲੀਕੇਸ਼ਨ ਹੋ ਗਈ, ਸੋ ਅਸੀਂ ਜ਼ਿਆਦਾ ਉਸ ਮਤਲਬ ਜ਼ਿਆਦਾ ਛੇੜਫਾੜ ਨਹੀਂ ਕਰਦੇ ਐਪਲੀਕੇਸ਼ਨ ਦੇ, ਪਰ ਇਟਸ ਅ ਪਾਰਟ ਆਫ ਦ ਸਰਵਿਸ, ਵੀ ਹੈਵ ਟੂ ਯੂ ਨੋ ਟੇਕ ਕੇਅਰ ਆਫ ਦ ਕੁਐਸਚਨਸ. ਪਰ ਵੀਜ਼ਾ ਤੁਹਾਡੇ ਆ ਗਏ ਹੈ, ਸੋ ਤੁਹਾਨੂੰ ਮੈਂ ਖਬਰ ਦੇਣੀ ਸੀ. ਸੋ ਹੁਣ ਅੱਜ ਇੰਜੋਏ ਕਰੋ, ਰਿਲੈਕਸ ਕਰੋ, ਬੇਬੀ ਨੂੰ ਵੀ ਮੇਰੇ ਵੱਲੋਂ ਪਿਆਰ ਕਰੋ. ਕਿੰਨੇ ਲੋਕਾਂ ਦਾ ਉਹ ਖੁਸ਼ੀ, ਕਹਿੰਦੇ ਸੀ ਕਿੰਨੇ ਲੋਕਾਂ ਲਈ ਖੁਸ਼ੀ, ਸਾਡੇ ਲਈ ਤਾਂ ਹੈਗੀ ਜੋ, ਤੇ ਇੰਨੀ ਜ਼ਿਆਦਾ ਮਤਲਬ ਬੇਬੀ ਦਾ ਮੈਂ ਕਹਿੰਦੀ ਆ ਕਿ ਤੁਹਾਡਾ, ਚਲੋ ਇਹਨਾਂ ਦੇ ਕੇਸ ਦੇ ਵਿੱਚ ਇੰਪੋਰਟੈਂਟ ਜਿਹੜੀ ਇੱਕ ਫੈਕਟਰ ਹੈ ਉਹ ਇਹ ਹੈ ਕਿ ਜਦੋਂ ਇਹਨਾਂ ਦੀ ਫਾਈਲ ਸਬਮਿਟ ਕੀਤੀ ਗਈ ਸੀ ਤੇ ਉਹਦੇ ਵਿੱਚ ਜਿਹੜੀ ਪ੍ਰੈਗਨੈਂਸੀ ਇਨਵੋਲਵ ਨਹੀਂ ਸੀ, ਕਿਉਂਕਿ ਉਹਦੇ ਨਾਲ ਕੇਸ ਖਰਾਬ ਹੋ ਸਕਦਾ ਸੀ ਉਸ ਟਾਈਮ ਤੇ. ਸੋ ਆਪਾਂ ਇਹ ਡਿਸਾਈਡ ਕੀਤਾ ਸੀ ਵੀ ਅਜੇ ਆਪਾਂ, ਕਿਉਂਕਿ ਆਪਾਂ 2-3 ਮਹੀਨੇ ਦੀ ਪ੍ਰੈਗਨੈਂਸੀ ਸੀ ਤੇ ਆਪਾਂ ਉਹ ਸ਼ੀ ਨੂੰ ਨਹੀਂ ਸੀ ਸਾਰਾ ਕੇਸ ਨੂੰ ਜੇ ਆਪਾਂ ਉਹਦੇ ਵਿੱਚ ਇਨਵੋਲਵ ਕਰਦੇ ਤੇ ਕੇਸ ਖਰਾਬ ਹੋਣਾ ਸੀ, ਮਤਲਬ ਕੇਸ ਬਣਨਾ ਨਹੀਂ ਸੀ. ਸੋ ਬਿਲਕੁਲ ਕਿਤੇ ਇਫੈਕਟਿਵ ਹੋਈ ਆਪਣੇ ਲਈ ਕਿ ਆਪਾਂ ਨਹੀਂ ਕੀਤਾ, ਤੇ ਸ਼ਾਇਦ ਨਹੀਂ ਤੇ ਵੀਜ਼ਾ ਆਫੀਸਰ ਨੇ ਕਹਿਣਾ ਸੀ ਇਹ ਜੋਬ ਨਹੀਂ ਕਰ ਸਕਦੇ, ਉਹਦੇ 100 ਨੂੰ ਬਹਾਨੇ ਮਿਲ ਜਾਣੇ ਸੀ ਵੀਜ਼ਾ ਰਿਫਿਊਜ਼ ਕਰਨ ਦੇ. ਦੂਸਰਾ ਇਹਦਾ ਤਾਂ ਹਾਂਜੀ, ਇਹ ਬਹੁਤ ਵਾਰ-ਵਾਰ ਮੈਂ ਭਾਜੀ ਨੂੰ ਕਹਿੰਦੀ ਰਹੀ ਹਾਂ ਟ੍ਰੈਵਲ ਆਥੋਰਾਈਜੇਸ਼ਨ ਲੈਟਰ ਤੋਂ ਕਿ ਉਹਦੇ ਨਾਲ ਰਿਫਿਊਜ਼ ਨਾ ਹੋ ਜੇ ਜਾਂ ਕੁਝ ਨਾ ਹੋ ਜੇ, ਜਾਂ ਇਹ ਕਹਿੰਦੇ ਸੀ ਵੀ ਆਪਾਂ ਤੇ ਅਪਲਾਈ ਨਹੀਂ ਕਰ ਸਕਦੇ ਆਪਾਂ, ਕਿਉਂਕਿ ਆਪਣੇ ਕੋਲ ਵੀਜ਼ਾ ਨਹੀਂ ਹੈਗਾ. ਬਟ ਉਹਦੇ 'ਚ ਆਪਸ਼ਨ ਹੁੰਦੀ ਆ ਵੀ ਜੇ ਤੁਹਾਡਾ ਵੀਜ਼ਾ ਤੁਹਾਡਾ ਨਹੀਂ ਆਇਆ, ਜੇ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਪ੍ਰੋਸੈਸਿੰਗ ਦੇ ਵਿੱਚ ਆ ਤੇ ਤੁਸੀਂ ਸਾਨੂੰ ਉਹਦਾ ਫਾਈਲ ਨੰਬਰ ਭੇਜ ਸਕਦੇ ਜੀ ਨਾਲ. ਚਲੋ 2-3 ਦਿਨ ਇਹਨਾਂ ਨੇ ਵੇਟ ਕੀਤੀ ਅਪਲਾਈ ਕਰਨ ਲਈ, ਸ਼ਾਇਦ ਇਹਨਾਂ ਦੇ ਮਨ 'ਚ ਕੋਈ ਡਰ ਸੀ ਕਿ ਪਤਾ ਨਹੀਂ ਖਰਾਬ, ਕਿਉਂਕਿ ਅਸੀਂ ਜਿਹੜੇ ਕੇਸ 'ਚ ਸਾਨੂੰ ਲੱਗਦਾ ਆ ਕਿ ਇੱਥੇ ਇਹ ਲੈਟਰ ਨਹੀਂ, ਇਹ ਜਿਹੜੀ ਆਥੋਰਾਈਜੇਸ਼ਨ ਲਈ ਅਪਲਾਈ ਨਹੀਂ ਕਰਨਾ ਚਾਹੀਦਾ, ਤੁਸੀਂ ਖੁਦ ਹੀ ਰੋਕ ਦਿੰਦੇ ਕਿ ਤੁਸੀਂ ਅਪਲਾਈ ਨਾ ਕਰੋ. ਇਹਨਾਂ ਕੇਸਿਸ ਦੇ ਵਿੱਚ ਸਾਨੂੰ ਲੱਗਦਾ ਕਿ ਇੱਥੇ ਕੋਈ ਬੈਨੀਫਿਟ ਹੋ ਸਕਦਾ ਆਪਾਂ ਨੂੰ, ਤੇ ਉੱਥੇ ਆਪਾਂ ਤਾਂ ਹੀ ਕਹਿੰਦੇ, ਅਦਰਵਾਈਜ਼ ਅਸੀਂ ਕਹਿੰਦੇ ਨਹੀਂ. ਚਲੋ ਜਦੋਂ ਵੀਜ਼ਾ ਆ ਜਾਂਦਾ ਫਿਰ ਸਾਰਾ ਕੁਝ ਵਿੱਚ ਹੀ ਆ ਜਾਂਦਾ, ਫਿਰ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਮਹਿਸੂਸ ਨਹੀਂ ਹੁੰਦੀ. ਯਾ ਕਈ ਲੋਕਾਂ ਨੂੰ ਇਸ ਤਰ੍ਹਾਂ ਦਾ ਉਹ ਹੈ ਕਿ ਇੱਕ ਭਰਮ ਹੈ ਕਿ ਵੀ ਪ੍ਰੈਗਨੈਂਸੀ ਕਰਕੇ ਸ਼ਾਇਦ ਸਪਾਊਸ ਵੀਜ਼ਾ ਛੇਤੀ ਮਿਲ ਜਾਏਗਾ ਜਾਂ ਜੈਨੂਇਨਨੈਸ ਪ੍ਰੂਫ ਹੋ ਜਾਏਗੀ ਜਾਂ ਵਗੈਰਾ, ਇਸ ਤਰ੍ਹਾਂ ਹੋ ਜਾਏਗੀ. ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਪੁਰਾਣੇ ਵੀ ਕੁਝ ਕੇਸਿਸ ਹੈ ਜਿੱਥੇ ਪ੍ਰੈਗਨੈਂਸੀ ਕਰਕੇ ਇਨਫੈਕਟ ਨੈਗੇਟਿਵ ਇਫੈਕਟ ਵੀ ਹੋਇਆ ਹੈ. ਹੀ ਇਜ਼ ਐਬਸੋਲਿਊਟ ਰਾਈਟ ਕਿ ਅਗਰ ਪ੍ਰੈਗਨੈਂਸੀ ਹੋ ਗਈ ਤੇ ਅਗਰ ਵਰਕ ਪਰਮਿਟ ਤੇ ਆ ਗਈ ਵਾਈਫ, ਅਗਰ ਤੇ ਫਿਰ ਉਹ ਕੰਮ ਕਿਸ ਤਰ੍ਹਾਂ ਕਰੇਗੀ, ਫਿਰ ਉਹਦੀ ਐਲੀਜੀਬਿਲਟੀ ਨਹੀਂ ਬਣਨੀ ਤੇ ਫਿਰ ਹੋਰ ਜ਼ਿਆਦਾ ਉਹ ਇੱਕ ਬਰਡਨ ਲਾਇਬਿਲਟੀ ਸ਼ੋ ਹੋ ਜਾਂਦੀ ਹੈ ਐਕਚੁਲੀ. ਸੋ ਪ੍ਰੈਗਨੈਂਸੀ ਇਜ਼ ਨਾਟ, ਕਈ ਵਾਰ ਮੈਨੂੰ ਡਾਇਰੈਕਟਲੀ ਲੋਕ ਪੁੱਛ ਲੈਂਦੇ ਆ, ਆਈ ਆਲਵੇਸ ਲਾਫ ਐਡ ਕਿ ਕਹਿੰਦੇ, ਉਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਪਾਊਸ ਵੀਜ਼ਾ ਲਾਉਣੀ, ਅਸੀਂ ਜੇ ਫੈਮਿਲੀ ਪਲਾਨ ਕਰ ਲਈਏ ਹੁਣ, ਮੈਂ ਕਿਹਾ ਵੀ ਮੇਰੇ ਤੋਂ ਪੁੱਛ ਕੇ ਕਰਨਾ, ਇਟ ਹੈਜ਼ ਨੋ ਇਫੈਕਟ ਔਨ ਦ ਸਪਾਊਸ ਵੀਜ਼ਾ ਐਪਲੀਕੇਸ਼ਨ. ਸੋ ਕਈ ਇਸ ਤਰ੍ਹਾਂ ਦਾ ਸੋਚਣਾ. ਚਲੋ ਐਨੀਵੇ, ਥੈਂਕ ਯੂ ਵੈਰੀ ਮੱਚ. ਹੋਰ ਕੋਈ ਅਗਰ ਸਵਾਲ ਅਗਰ ਹੈ ਅਮਰਜੋਤ ਸਿੰਘ, ਮੇਰੇ ਤੋਂ ਸਵਾਲ ਕੋਈ ਹੈ ਤੇ ਪੁੱਛ ਸਕਦੇ ਹੋ. ਬਾਕੀ ਸੁਖਮਨ ਵੀ ਲਾਈਨ ਤੇ ਹੈ. ਇਹ ਸਾਰਾ ਕੇਸ ਨੂੰ ਕਈ ਵਾਰ ਲੋਕੀ ਮੈਨੂੰ ਪੁੱਛਦੇ ਆ ਕਿ ਵੀ ਸੁਖਮਨ ਕੌਣ ਹੈ, ਮੇਰੀ ਸੁਖਮਨ ਨਾਲ ਗੱਲ ਕਰਾ ਦੋ ਜਾਂ ਯੂ ਨੋ ਵਟਐਵਰ. ਸੋ ਮੈਂ ਸਾਰੇ ਨੂੰ ਅਨਾਊਂਸ ਮੈਂ ਕਰਨਾ ਚਾਹੁੰਦਾ ਕਿ ਬਈ ਸੁਖਮਨ ਇਜ਼ ਵਰਕਿੰਗ ਫੋਰ ਮੀ. ਸੋ ਜੋ ਵੀ ਗੱਲ ਕਰਨੀ ਹੈ ਪਹਿਲਾਂ ਇੱਕ ਡਾਇਰੈਕਟਲੀ ਪਹਿਲਾਂ ਇੱਥੋਂ ਤੁਸੀਂ ਆਪਣਾ ਸਟਾਰਟ ਕਰੋਗੇ ਜੋ ਫਾਈਲ ਵਰਕ ਹੈ, ਉਹਦੇ ਬਾਅਦ ਫਿਰ ਆਈ ਡਿਸਾਈਡ ਕਿ ਸੁਖਮਨ ਕਿਸ ਤਰ੍ਹਾਂ ਕਰੇਗਾ, ਕੀ ਕਰੇਗਾ, ਕਿਸ ਤਰ੍ਹਾਂ ਉਹ ਕਰੇਗਾ. ਆਫਕੋਰਸ ਹੀ ਲੁਕਸ ਅਪ ਦ ਡਾਕੂਮੈਂਟੇਸ਼ਨ, ਹੀ ਇਜ਼ ਅ ਮਾਸਟਰ ਆਫਕੋਰਸ. ਪਰ ਪਹਿਲਾਂ ਇੱਕ ਸਾਡਾ ਜਿਹੜਾ ਪ੍ਰੋਸੀਜਰ ਹੈ, ਇਹ ਨਹੀਂ ਕਿ ਡਾਇਰੈਕਟਲੀ ਤੁਸੀਂ ਕਹੋ ਜੇ ਸੁਖਮਨ ਦਾ ਫੋਨ ਦੇ ਦਿਓ, ਮੈਂ ਹੁਣੇ ਕਾਲ ਕਰਕੇ ਉਹਨੂੰ ਆਪਣਾ ਕੇਸ ਸਮਝਾ ਦਿਆ, ਇਟਸ ਨਾਟ ਗੋਇੰਗ ਟੂ ਹੈਪਨ. ਸੋ ਜਸਟ ਵਾਂਟਡ ਟੂ ਕਲੈਰੀਫਾਈ. ਬਾਕੀ ਐਵਰੀਥਿੰਗ ਇਜ਼ ਗੁੱਡ ਸੋ ਫਾਰ, ਤੇ
ਬਾਕੀ ਬਾਕੀ ਹੀ ਵਿਲ ਬੀ ਇਨ ਟੱਚ ਵਿਦ ਯੂ ਅਮਰਜੋਤ ਤੇ ਆਪਣਾ ਤੁਸੀਂ ਆਪਣਾ ਪ੍ਰੋਸੀਡ ਕਰੋ ਅੱਜ ਵਰਕਿੰਗ ਡੇ ਹੈ ਇੰਡੀਆ ਯੂ ਨੋ ਮੇ ਬੀ ਵਨ ਆਫ ਟੂ ਡੇਜ਼ ਯੂ ਕੈਨ ਗੈਟ ਸਟਾਰਟਡ ਤੇ ਆਪਣਾ ਮੈਨੂੰ ਲੱਗਦਾ ਕਿ ਇਨ ਦ ਨੈਕਸਟ 10 to 14 ਡੇਜ਼ ਇੱਕ ਦੋ ਹਫ਼ਤੇ ਤੱਕ ਯੂ ਨੋ ਡਿਪੈਂਡਸ ਔਨ ਦ ਵੀ ਐਫ ਐਸ ਐਕਚੁਲੀ ਜੋ ਵੀ ਉਹਨਾਂ ਦਾ ਹੈ ਟਾਈਮ ਲਾਈਨ ਉਹਦੇ ਮੇਰੇ ਖਿਆਲ ਹੈ ਕਿ ਤੁਸੀਂ ਆਪਣਾ April, na? This is April. Yeah, April the bichu tusi, you should be in Canada. You know, before the turn of May, you will be in Canada for sure. Yeah, thank you. Thank you so much, sir. Thank you, Paji Tada. Baar baar tanu tang vi kita kai baar call kar kar ke. Nahi, oh, te koi nahi, main bahut sada kaam. But oh, main jaisa ਇੱਕ ਮੈਸੇਜ ਦੇਣਾ ਚਾਹੂੰਗਾ ਕਿ ਹੋਰ ਲੋਕ ਵੀ ਇਹ ਸੁਣਦੇ ਹੋਣਗੇ ਕਿ ਜਦੋਂ ਕੋਈ ਕੰਸਲਟੈਂਟ ਜਦੋਂ ਵੀ ਕੋਈ ਤੁਹਾਡੀ ਫਾਈਲ ਸਬਮਿਟ ਕਰ ਦਿੰਦਾ ਨਾ ਉਹਦੇ ਹੱਥ 'ਚ ਬਹੁਤ ਕੁਛ ਜ਼ਿਆਦਾ ਹੁੰਦਾ ਨਹੀਂ ਆ ਕਰਨ ਵਾਸਤੇ ਉਹ ਕੀ ਕਰ ਸਕਦਾ ਤੁਹਾਡੇ ਦੀ ਜੇ ਤੁਹਾਡਾ ਪ੍ਰੋਸੈਸਿੰਗ ਟਾਈਮ ਤੋਂ ਉੱਪਰ ਹੋ ਗਿਆ ਤੇ ਤੁਹਾਡੇ ਲਈ ਉਹ ਵੈਬ ਫੋਰਮ ਕਰ ਸਕਦਾ ਵੈਬ ਫੋਰਮ ਭੇਜ ਸਕਦਾ ਇਸ ਤੋਂ ਇਲਾਵਾ ਉਹ ਕੁਛ ਨਹੀਂ ਕਰ ਸਕਦਾ ਇੱਕ ਲੋਕੀ ਕਹਿ ਦਿੰਦੇ ਕਿ ਸਾਡੀ ਰਿਵਿਊਇੰਗ ਸਟਾਰਟ ਹੋ ਗਈ ਵੇਖੋ ਰਿਵਿਊ ਸਾਡਾ ਫਾਈਲ ਦਾ ਸਟਾਰਟ ਹੋ ਗਿਆ ਤੇ ਸਾਨੂੰ ਅਜੇ ਤੱਕ ਨਹੀਂ ਪਤਾ ਲੱਗਾ ਕਿ ਉਹ ਰਿਵਿਊ ਦੇ ਨਾਲ ਵੀ ਵੀਜ਼ਾ ਦੇ ਕੋਈ ਰਿਵਿਊ ਕਈ ਵਾਰੀ ਕੀ ਹੁੰਦਾ ਕਿ ਤੁਹਾਡਾ ਰਿਵਿਊ ਸਟਾਰਟ ਹੋਇਆ ਆ 6-6 ਮਹੀਨੇ ਰਿਵਿਊ ਸਟਾਰਟ ਹੋਇਆ ਰਹਿੰਦਾ ਉਹ ਕੋਈ ਡਿਸੀਜਨ ਨਹੀਂ ਲੈਂਦੇ ਹੁਣ ਵੀ ਕਈ ਫਾਈਲਸ ਦਾ ਰਿਵਿਊ ਜਿਹੜਾ ਸਟਾਰਟ ਹੋਇਆ ਆ ਬਟ ਉਹਨਾਂ ਨੇ ਹੋਲਡ ਤੇ ਪਾਈਆਂ ਉਹਨਾਂ ਨੂੰ 8-8 ਮਹੀਨੇ ਹੋ ਗਏ ਤੇ ਕਿਸੇ ਵੇਲੇ ਕੀ ਹੁੰਦਾ ਰਿਵਿਊ ਤੁਹਾਡਾ ਸਟਾਰਟ ਹੋਇਆ ਤੇ ਵਿਦ ਇਨ ਦੀ 10 ਮਿੰਟਸ ਜਿਹੜਾ ਤੁਹਾਡਾ ਡਿਸੀਜਨ ਆ ਗਿਆ ਇਸ ਚੀਜ਼ ਦਾ ਕੋਈ ਉਹ ਸਟੱਡੀ ਪਰਮਿਟ ਇੱਕ ਹੋਰ ਚੀਜ਼ ਆ ਇਹਦੇ ਵਿੱਚ ਜਿਹੜਾ ਵਾ ਤੁਹਾਨੂੰ ਕੁਛ ਨਹੀਂ ਪਤਾ ਲੱਗਣਾ ਤੁਹਾਨੂੰ ਉਦੋਂ ਹੀ ਪਤਾ ਲੱਗਣਾ ਜਦੋਂ ਤੁਹਾਡਾ ਜਿਹੜਾ ਡਿਸੀਜਨ ਆ ਉਹ ਹੋ ਗਿਆ ਤੇ ਤੁਹਾਡੀ ਜਾਂ ਅਪਰੂਵਲ ਜਾਂ ਰਿਫਿਊਜ਼ਲ ਜੋ ਵੀ ਆ ਉਹ ਆ ਗਈ ਤੇ ਜਦੋਂ ਅਪਰੂਵਲ ਜਾਂ ਰਿਫਿਊਜ਼ਲ ਆ ਜਾਂਦੀ ਆ ਅਸੀਂ ਵਿਦ ਇਨ 24 ਆਵਰ ਵੈਸੇ ਤਾਂ ਅਸੀਂ 2-4 ਘੰਟੇ ਦੇ ਵਿੱਚ ਹੀ ਦੱਸ ਦਿੰਦੇ ਬਟ ਮੈਕਸੀਮਮ ਟਾਈਮ ਦੱਸ ਰਿਹਾ ਕਿ ਵਿਦ ਇਨ 24 ਆਵਰਸ ਜਿਹੜਾ ਵਾ ਅਸੀਂ ਇਨਫੋਰਮ ਕਰ ਦਿੰਦੇ ਆ ਐਪਲੀਕੈਂਟ ਨੂੰ ਕਿ ਤੁਹਾਡਾ ਜੋ ਵੀ ਤੁਹਾਡਾ ਡਿਸੀਜਨ ਆ ਉਹ ਆ ਚੁੱਕਿਆ ਸੋ ਲੋਕ ਕਰਦੇ ਰਹਿੰਦੇ ਕਿ ਸਾਨੂੰ ਦੱਸ ਦਿਓ ਆਹ ਇਸ ਤਰ੍ਹਾਂ ਹੋਇਆ ਇਹਦੇ ਵਿੱਚ ਕੁਛ ਨਹੀਂ ਹੁੰਦਾ ਦੂਸਰੀ ਗੱਲ ਜਦੋਂ ICCRC ਕੰਸਲਟੈਂਟ ਕੋਈ ਵੀ ਹੁੰਦਾ ਨਾ ਉਹ ਸਰ ਦਾ ਅਕਾਊਂਟ ਆ ਉਹ ਮੇਰੇ ਕੋਲ ਵੀ ਨਹੀਂ ਹੁੰਦਾ ਉਹ ਸਰ ਦੇ ਕੋਲ ਹੀ ਹੁੰਦਾ ਸਾਰੀਆਂ ਜਿਹੜੀਆਂ ਫਾਈਲਸ ਹੁੰਦੀਆਂ ਉਹ ਇੱਕੋ ਅਕਾਊਂਟ ਤੋਂ ਹੀ ਸਬਮਿਟ ਹੁੰਦੀਆਂ ਸੋ ਉਹਦਾ ਪਾਸਵਰਡ ਜਿਹੜਾ ਹੁੰਦਾ ਹੈ ਜਾਂ ਉਹਦੀ ਲੌਗਇਨ ਆਈਡੀ ਹੁੰਦੀ ਹੈ ਉਹ ਸਿਰਫ ਉਸ ਕੰਸਲਟੈਂਟ ਦੀ ਹੀ ਹੁੰਦੀ ਜਿਨ੍ਹਾਂ ਦੇ ਨਾਮ ਤੇ ਉਹ ਲਾਇਸੈਂਸ ਆ ਸੋ ਹਰ ਇੱਕ ਨੂੰ ਕੋਈ ਵੀ ਆਪਣੀ ਜਿਹੜੀ ਪਰਸਨਲ ਜਿਹੜੀ ਆ ਯੂਜ਼ਰ ਨੇਮ ਜਾਂ ਆਈਡੀ ਹੈ ਜਾਂ ਅਕਾਊਂਟ ਹੈ ਉਹਦਾ ਐਕਸੈਸ ਸਾਰਿਆਂ ਨੂੰ ਨਹੀਂ ਆਪਾਂ ਦੇ ਸਕਦੇ ਉਹ ਸਰ ਮੈਨੂੰ ਵੀ ਨਹੀਂ ਦਿੰਦੇ ਮਤਲਬ ਮੇਰੇ ਕੋਲ ਵੀ ਨਹੀਂ ਉਹ ਸਰ ਦੇ ਕੋਲ ਹੀ ਹੁੰਦਾ ਉਹ ਸਿਰਫ ਉਹਨਾਂ ਦੇ ਕੋਲ ਹੀ ਹੋ ਸਕਦਾ ICCRC ਮੈਂਬਰ ਕੋਲ ਹੀ ਹੋ ਸਕਦਾ ਹੋਰ ਕਿਸੇ ਕੋਲ ਹੋ ਵੀ ਨਹੀਂ ਸਕਦਾ ਸੋ ਲੋਕੀ ਸੋਚਦੇ ਕਿ ਇਹ ਸਾਰਿਆਂ ਦੀ ਜਿਹੜੀ ਅਲੱਗ ਅਲੱਗ ਆਈਡੀ ਹੁੰਦੀ ਸ਼ਾਇਦ ਬਟ ਇਹ ਸਾਰਾ ਕੁਝ ਜੋ ਵੀ ਹੁੰਦਾ ਇੱਕੋ ਸੇਮ ਇੱਕੋ ਆਈਡੀ ਤੋਂ ਹੀ ਹੁੰਦਾ ਸਾਰਾ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਮਾਸਟਰ ਚਾਬੀ ਮੇਰੇ ਕੋਲ ਹੈ ਮੇਰੇ ਅਕਾਊਂਟ 'ਚ ਐਟਲੀਸਟ 1000 ਪਲੱਸ ਐਪਲੀਕੇਸ਼ਨ ਹੈ ਦੇਖੋ ਅਗਰ ਜੇ ਮੈਂ ਆਪਣਾ ਮੈਂ ਐਕਸੈਸ ਤੁਹਾਨੂੰ ਕਿੱਦਾਂ ਦੇ ਸਕਦਾ ਕਿ ਤੁਸੀਂ ਦੇਖ ਲਓ ਇਟਸ ਨਾਟ ਪੋਸੀਬਲ ਹਾਂ ਇਹ ਜ਼ਰੂਰ ਹੈ ਕਿ ਆਈ ਕੈਨ ਗੋ ਟੂ ਐਂਡ ਐਂਡ ਪ੍ਰਿੰਟ ਅ ਸਕਰੀਨਸ਼ਾਟ ਤੇ ਸਕਰੀਨਸ਼ਾਟ ਜੋ ਮੈਸੇਜ ਤੁਹਾਨੂੰ ਦੇ ਸਕਦਾ ਪਰ ਉਹਦਾ ਕੋਈ ਫਾਇਦਾ ਨਹੀਂ ਹੈ ਕਈ ਵਾਰ ਲੋਕ ਸਾਨੂੰ ਕਰਦੇ ਆ ਅਪਰੋਚ ਕਿ ਸਾਨੂੰ ਅੱਜ ਦੱਸ ਦਿਓ ਅੱਜ ਕੀ ਹੋਇਆ ਜੀ ਅਗਲੇ ਹਫ਼ਤੇ ਕੀ ਹੋਇਆ ਇਟ ਡਸ ਨਾਟ ਮੇਕ ਸੈਂਸ ਜਿਸ ਵੇਲੇ ਕੁਝ ਅਪਡੇਟ ਹੋਏਗਾ ਜਿਸ ਵੇਲੇ ਕੋਈ ਖੜਕਾ ਹੋ ਜਾਏਗਾ ਤੇ ਇਮੀਡੀਏਟ ਈਮੇਲ ਆ ਜਾਏਗੀ ਦੈਨ ਵੀ ਕੈਨ ਸੀ ਇਟ ਬਟ ਯੂ ਨੋ ਔਨ ਅ ਕੇਸ ਬਾਈ ਕੇਸ ਬੇਸਿਸ ਆਈ ਵਿਲ ਗਿਵ ਸਕਰੀਨਸ਼ਾਟਸ ਆਲਸੋ ਪਰ ਇਹ ਤੁਸੀਂ ਮੰਨ ਕੇ ਚੱਲੋ ਕਿ ਇਹ ਤੁਸੀਂ ਮੰਨ ਕੇ ਚੱਲੋ ਕਿ ਜਦ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਸਾਰੇ ਕੇਸ ਸੁਖਮਨ ਸੁਣ ਰਹੇ ਮੇਰੀ ਗੱਲ ਅਸੀਂ ਸਾਰੇ ਕੇਸ ਲੈਂਦੇ ਨਹੀਂ ਆ ਅਗਰ ਜੇ ਸਾਰੇ ਕੇਸ ਅਸੀਂ ਲੈਣ ਸ਼ੁਰੂ ਕਰ ਦਈਏ ਤੇ ਰੋਜ਼ ਦੇ ਦੋ ਕੇਸਿਸ ਰੋਜ਼ ਦੇ ਮੇਰੇ ਕੋਲ ਪਹੁੰਚ ਰਹੇ ਰੋਜ਼ ਦੇ ਤੇ ਅਗਰ ਸਾਰੇ ਕੇਸ ਅਗਰ ਲੈਣਾ ਸ਼ੁਰੂ ਕਰ ਦਈਏ ਤੇ ਜੋ ਅਸੀਂ ਕੰਮ ਕਰਨਾ ਹੈ ਸਿਲੈਕਟਡ ਕੇਸ ਪੇ ਉਹਦਾ ਸਾਡਾ ਫੋਕਸ ਘੱਟ ਜਾਏਗਾ ਕਿਉਂਕਿ ਟਾਈਮ ਐਂਡ ਐਨਰਜੀ ਇਜ਼ ਵੈਰੀ ਲਿਮਿਟਡ ਆਲ ਦਾ ਟਾਈਮ ਅਸੀਂ ਸਿਰਫ ਸਿਲੈਕਟ ਕਰਦੇ ਚੁਣਿੰਦੇ ਕੇਸ ਜਿੱਥੇ ਲੱਗਦਾ ਕਿ ਸਾਡਾ ਇੱਕ ਰੋਲ ਜਸਟੀਫਾਈਡ ਹੈ ਅਸੀਂ ਕੁਛ ਕਰ ਸਕਦੇ ਹਾਂ ਅਸੀਂ ਵੈਲਿਊ ਐਡੀਸ਼ਨ ਦੇ ਸਕਦੇ ਹਾਂ ਉਹੀ ਅਸੀਂ ਕੇਸ ਸਿਲੈਕਟ ਕਰਦੇ ਹਾਂ ਐਂਡ ਦੈਨ ਵੀ ਯੂ ਨੋ ਲੇ ਫੁੱਲ ਫੋਕਸ ਔਨ ਇਸ ਕਈ ਕੇਸ ਨੂੰ ਮਤਲਬ ਕਿ ਜਿਹੜੇ ਪੁਰਾਣੇ ਕੇਸਿਸ ਪੁਰਾਣੇ ਕਲਾਇੰਟ ਜਾਣਦੇ ਕਈ ਕੇਸਿਸ ਨੂੰ ਆਪਾਂ ਮਤਲਬ ਸਾਰੇ ਹੱਥਕੰਡੇ ਅਸੀਂ ਯੂਜ਼ ਕਰ ਸਕਦੇ ਹਾਂ ਅਸੀਂ ਲੈਟਰ ਵੀ ਲਿਖ ਰਹੇ ਹਾਂ ਵੀਜ਼ਾ ਆਫਿਸਰ ਨੂੰ ਅਸੀਂ ਫੈਕਸ ਵੀ ਕਰ ਰਹੇ ਹਾਂ ਦਿੱਲੀ ਹਾਈ ਕਮਿਸ਼ਨ ਨੂੰ ਅਸੀਂ ਈਮੇਲ ਵੀ ਕਰ ਰਹੇ ਹਾਂ ਬਾਰ ਫਿਰ ਅਸੀਂ ਇਮੀਗ੍ਰੇਸ਼ਨ ਮੰਤਰੀ ਨੂੰ ਵੀ ਲੈਟਰ ਲਿਖ ਰਹੇ ਹਾਂ ਅਸੀਂ ਮੈਂਬਰ ਮਤਲਬ ਕਿ ਅਸੀਂ ਮੈਂ ਮਤਲਬ ਪਰਸਨਲੀ ਅਗਰ ਜੇ ਮੈਨੂੰ ਕਲਾਇੰਟ ਦਾ ਕੇਸ ਅਗਰ ਮੇਰੇ ਦਿਲ ਨੂੰ ਚੱਚ ਗਿਆ ਤੇ ਮੈਂ ਮਤਲਬ ਕਿ ਦੁਨੀਆਂ ਦਾ ਕੋਈ ਵੀ ਇਸ ਤਰ੍ਹਾਂ ਲੂਪਹੋਲ ਨਹੀਂ ਹੈ ਲੂਪਹੋਲ ਨਾਟ ਸਹੀ ਲਾਈਕ ਕੋਈ ਵੀ ਲੀਗਲ ਜੋ ਐਵਨਿਊ ਹੈ ਉਹਨੂੰ ਮੈਂ ਪਰਸਿਊ ਨਹੀਂ ਕਰਾਂਗਾ ਆਈ ਵਿਲ ਡੂ ਈਚ ਐਂਡ ਐਵਰੀਥਿੰਗ ਕਿ ਵੀ ਫਲਾਣੇ ਦਾ ਕੇਸ ਸਕਸੈਸਫੁਲ ਹੋਣਾ ਚਾਹੀਦਾ ਬਸ ਦੈਟਸ ਆਲ ਆਈ ਔਰ ਮੈਂ ਸਾਰੀ ਜਿਹੜੀ ਤੁਹਾਡੀਆਂ ਲੇਕਿਨ ਮੈਂ ਵਾਈਫ ਨੂੰ ਕਰਦਾ ਸੀ ਕਦੇ ਮੈਂ ਕਿਹਾ ਜਦੋਂ ਕਿਤੇ ਰਿਫਿਊਜ਼ ਲੱਗਿਆ ਨਾ ਤੇ ਸਰ ਕੋਲ ਫਾਈਲ ਕੰਮ ਕਰਾਵਾਂਗੇ ਆਪਾਂ ਤੇ ਜਦੋਂ ਤੋਂ ਫਾਈਲ ਤੁਹਾਡੇ ਹੱਥ ਗਈ ਆ ਮੈਂ ਬਿਲਕੁਲ ਪੋਜ਼ਿਟਿਵ ਰਿਹਾ ਸਰ ਬਿਲਕੁਲ ਪੋਜ਼ਿਟਿਵ ਸੀਗਾ ਤੇ ਵਧੀਆ ਰਿਜ਼ਲਟ ਮਿਲਿਆ ਬਹੁਤ ਵਧੀਆ
जे अगर देखो इस तरह अगर जे रिफ्यूज भी हो जाती ना तो मैं मायूस नहीं होना सी, तो आई वुड हैव सेड के क्लाइंट भी उदास ना हो कि आई विल अप्लाई सेकंड टाइम, आई विल अप्लाई थर्ड टाइम, मतलब कि अगर मेरे तो अगर रिफ्यूज हो गया तो ये नहीं रिफ्यूज होंगे जिस तरह वो दस रहे हैं कि रिफ्यूज भी हुए हैं कुछ, सो रिफ्यूज हुए हैं सो वट, आई विल अप्लाई सेकंड टाइम, थर्ड टाइम, फोर्थ टाइम, फाइव टाइम्स, एज मैनी टाइम्स जिथे तक गुंजाइश है मैं अप्लाई करांगा, मतलब बाकी लॉयर बाकी कंसल्टेंट शायद नहीं करते, पर इस करके असं पैसे ज्यादा चार्ज करते हैं, लेकिन मैं पता है कि अगर मैं अगर बार तीन बार चार बार पांच बार दस बार भी करना पे तो मैं करांगा, तो ये जरूर रखें। सुखमन कुछ कह रहे? हाँ जी सर, मैं अपने वेखण वालों को यही एक मैसेज देना चाहता कि आने वाले कुछ दिन तक असं एक यहोजा केस इन्हों के सामने लैके आवेंगे कि जिद एक लोगों को पता लगू कि अंबैसी भी गलतियां करती है, बड़ी लंबी स्टोरी आने वाले कुछ दिन तक अटोरी सामने लैके आवांगे, बस ओ साडा जिहड़ा क्लाइंट आ ओ एक बार इत्थे पहुंच जावे फिर उन्हां दी वी आपां गल करावांगे कि किस तरह इह सारा कुछ होया ते लोकां नूं पता लगू किस तरह किस तरीके नाल जिहड़ी अंबैसी वी आ ओ किड्डियां वड्डियां मतलब गलतियां कर दिंदी ते उहदा खामियाजा किहनूं भुगतना पैंदा इक क्लाइंट नूं कि उहदी फाइल वी क्लोज कर दित्ती जांदी कि हुण कुछ नहीं हो सकदा ते फिर ओ किवें किस तरीके दे नाल ओ जिहड़ी फाइल नूं दुबारा खोलदे आ उसे फाइल नूं कोई नवीं एप्लीकेशन नहीं ते किवें उहदी रीअसैसमेंट करदे ते किवें दुबारा वीजा जिहड़ा ओ इशू करदे आ मैनू पता है कि इन्नी परेशानी इन्नी खेचड़ नहीं करेगा इस केस लई जिन्नी इस जिहड़ा केस दी रेफर कर रहे हैं उहनूं आपां किस लैवल ते लेके गए हैं किन्ने बार कम्युनिकेशन कर करके वीजा दवाया है, मतलब के आई नो क्योंकि मैं ते कई इमीग्रेशन लॉयर नाल भी कम कीता है, मैनू पता है कि कोई इमीग्रेशन लॉयर इन्नी खिचड़ नहीं करता और नहीं करेगा, सो ये जरूर है क्योंकि असी साडा फोकस है 24/7 फोकस है स्पाउस वीजा ते, बाकी केसेस भी मैं करदा लेकिन स्पाउस वीजा मेरा फेवरेट टॉपिक है ते मेरी मतलब सानू परमात्मा वालों मौका भी मिला है कई रिफ्यूजल मैं समझदा कि सुखमन भी देख रहा है कि उन्होंने पता है कि मैं असी मेरे ख्याल है कि दोनों एटलीस्ट 1000+ ते केसेस देख चुके हैं सुखमन कि नहीं। हाँ जी सर, जेडियां कंसल्टेशन थ्रू जेडियां फाइल्स आउंदियां जदों उन्हां दी असेसमेंट करी दी है शायद इस तों ऊपर ही हो गया, बट इहदे च भी वेखण थोड़ा जिहा मैसेज दे दा कि जे 1000 केसेस देखे होणगे ते उन्हां च चूज किन्ने कीते होणगे मेरे ख्याल 20-25 जां 30 खत्म हुई इंडिया वाली दूसरी कैनेडा वाली शुरू होगी पहला कॉल की कहते पे डॉक्यूमेंट जॉब वगैरह नहीं कर रहे मैं मतलब मन बस ऐदा ही सोची मेगा मैटरनिटी हूँ अपलाई भी करती है फिर मैटरनिटी कटा के फिर हूँ जॉब देखूंगी किधरे ऐदा मतलब इन्ना कुछ चल रहा सी माइंड च बड़ी खुशी है ਇਹਨਾਂ ਨੇ ਕਮਾਈਆਂ ਬਹੁਤ ਕਰਨੀ ਹੈ ਫਿਰ ਸਾਨੂੰ ਯਾਦ ਕਰਨਗੇ ਅਸੀਂ ਕਾਰ ਲੈ ਕੇ ਆਵਾਂਗੇ ਤੁਹਾਡੇ ਤੋਂ ਇੰਜਨ ਨੂੰ ਚੇਂਜ ਕਰਾਵਾਂਗੇ ਫਿਰ ਜ਼ਰੂਰ ਜ਼ਰੂਰ ਸਰ ਵੈਲਕਮ ਵੈਲਕਮ ਜੀ ਠੀਕ ਹੈ ਥੈਂਕ ਯੂ ਸਾਰਿਆਂ ਨੂੰ ਥੈਂਕ ਯੂ ਵੈਰੀ ਮਚ ਇੰਜੋਏ ਦ ਰੈਸਟ ਆਫ ਦ ਡੇ ਸੋ ਮਚ ਸਰ ਥੈਂਕ ਯੂ ਹੀ ਵਿਲ ਬੀ ਇਨ ਟੱਚ ਵਿਦ ਯੂ ਐਂਡ ਦੈਨ ਹੀ ਵਿਲ ਗੋ ਫਰਮ ਦੇਅਰ ਆਲਰਾਈਟ ਥੈਂਕ ਯੂ ਟੇਕ ਕੇਅਰ ਗੁੱਡ ਬਾਏ ਥੈਂਕ ਯੂ ਪਾਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਠੀਕ ਹੈ